अस्सलाम वालेकुम जी, प्रोग्राम पंजनद लेके ताड़ी खिदमत विच हाजिर हां। और सानिया ताड़ी खिदमत विच सलाम पेश कर दिया ने और ईद मुबारक कह रही ने। ईद जेड़ी है ना जी, वो लंघ गई। किवें लंघ गई हुण छड्डो इस कहानी नूं, तुसीं साडे ते उत्तों दी लंघ गई जी। कोई बीमार है बेचारा, उन्हें भी ईद मुबारक। कोई किसी मुसीबत च गिरफ्तार है, उन्हें भी ईद मुबारक। किसी से कोई गम है तो अल्लाह उहदा गम दूर करे, उन्हें भी ईद मुबारक। बड़ी मेहरबानी। ਸਾਡੇ ਮਹਿਮਾਨ ਨੇ ਜੀ ਕੈਂਡੀ ਟਵਿਨ ਦੇ ਪੈਗਾਮ ਦਿੰਦੇ ਨੇ। ਫ੍ਰੀਜ਼ਰ ਦੀ ਕੀਮਤ ਵਿੱਚ ਫ੍ਰਿਜ ਮੁਫਤ, ਕੀਮਤ ਫ੍ਰੀਜ਼ਰ ਦੀ ਦਿਓ, ਨਾਲ ਫ੍ਰਿਜ ਦੀ ਸਹੂਲਤ ਵੀ ਲਵੋ। ਪਾਕਿਸਤਾਨ ਵਿੱਚ ਟਵਿਨ ਫ੍ਰੀਜ਼ਰ ਦੇ ਮੁਜਿਦ ਕੈਂਡੀ ਫ੍ਰੀਜ਼ਰ, ਕੈਂਡੀ ਸਭ ਤੋਂ ਅੱਛਾ। ਔਰ ਇਹਦੇ ਮਹਿਮਾਨ ਨੇ ਜਨਾਬ ਨੈਸ਼ਨਲ ਚੈਂਪੀਅਨ ਹੈਗੇ ਨੇ, ਜਿਮਨਾਸਟ ਹੈਗੇ ਨੇ, ਗੋਲਡ ਮੈਡਲ ਲਏ ਨੇ, ਪਾਕਿਸਤਾਨ ਦੀ ਨੁਮਾਇੰਦਗੀ ਕਰਦੇ ਨੇ। ਤਸ਼ਰੀਫ ਲਿਆ ਰਹੇ ਨੇ ਖਿਲਾੜੀ ਅਬਦੁੱਲਾ ਜਾਨ। ਅਬਦੁੱਲਾ ਜਾਨ ਸਾਹਿਬ, ਇਹ ਤਮਗੇ ਆਪਣਾ ਕਿੱਥੇ ਕਿੱਥੋਂ ਲਏ ਜੇ? ਸਰ, ਨੈਸ਼ਨਲ ਗੇਮਸ ਜੀ ਹੈ ਨੇ, ਨੈਸ਼ਨਲ ਓਲੰਪਿਕ ਗੇਮਸ। ਅੱਛਾ, ਪਾਕਿਸਤਾਨੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਹੁੰਦੀਆਂ ਨੇ ਤੇ ਰੀਸੈਂਟਲੀ ਜਿਹੜੀ ਨੈਸ਼ਨਲ ਗੇਮਸ ਲਾਹੌਰ ਵਿੱਚ ਹੋਈਆਂ ਸੀ ਤੇ ਉਹਨਾਂ ਵਿੱਚ ਸਾਨੂੰ ਦੋ ਗੋਲਡ ਤੇ ਤਿੰਨ ਸਿਲਵਰ ਮੈਡਲ ਵਿਨ ਕੀਤੇ ਜੀ। ਦੋ ਗੋਲਡ ਤੇ ਤਿੰਨ ਸਿਲਵਰ ਮੈਡਲ ਲਏ ਜੀ? ਜੀ। ਜਿਮਨਾਸਟਿਕ ਤੇ ਰਿਦਮਿਕ ਜਿਮਨਾਸਟਿਕ। ਪਾਕਿਸਤਾਨ ਆਰਟਿਸਟਿਕ ਜਿਮਨਾਸਟਿਕ ਹੁੰਦੀ ਹੈ, ਠੀਕ ਹੈ, ਜਿਹੜੇ ਸਿਰਫ ਜੈਂਟਸ ਕਰਦੇ, ਲੇਡੀਜ਼ ਨਹੀਂ ਕਰਦੀਆਂ। ਇਹ ਦੋ ਬਾਰਾਂ ਨਹੀਂ ਹੁੰਦੀ ਹੈ ਜੀ? ਇੱਕ ਬਾਰ ਤੋਂ ਦੂਸਰੇ ਨਿਕਲ ਵੀ ਉਹ ਸਰ ਆਰਟਿਸਟਿਕ ਜਿਮਨਾਸਟਿਕ ਲੇਡੀਜ਼ ਆਉਂਦੀ ਹੈ। ਅੱਛਾ, ਕਿੰਨੀ ਉਮਰ ਤੋਂ ਸ਼ੁਰੂ ਕੀਤਾ ਸੀ ਇਹ? ਮੈਂ ਤਾਂ ਤਕਰੀਬਨ ਸਕੂਲ ਹਾਂ ਜੀ। ਤੇ ਤੁਹਾਡਾ ਖਿਆਲ ਹੈ ਸਕੂਲ ਜਿਸਮ ਤੇ ਜ਼ਿਆਦਾ ਲਚਕ ਸੀ ਜਾਂ ਹੋਣੇਗੀ? ਨਹੀਂ ਸਰ, ਤੇ ਸਕੂਲ ਦੇ ਜ਼ਮਾਨੇ ਤੋਂ ਹੀ ਪ੍ਰੈਕਟਿਸ ਹੀ ਰਹਿਣਾ, ਜਿਹੜੀ ਫਲੈਕਸੀਬਿਲਿਟੀ ਪੈਦਾ ਹੋਈ ਹੈ ਤੇ ਹੁਣ ਅੱਗੇ ਤੋਂ ਕਾਫੀ ਇੰਪਰੂਵਮੈਂਟ ਹੋਈ ਹੈ ਸਰ। ਅਸੀਂ ਖੁਦ ਮੈਂ ਲੈ ਕੇ ਜਿਹੜੇ ਆਏ ਉਹ ਕਾਫੀ ਇਨਸ਼ਾਅੱਲਾ ਅੱਗੇ ਬਿਹਤਰ ਇੰਪਰੂਵਮੈਂਟ ਹੈ। ਖਾਂਦੇ ਖੁੰਦੇ ਕੀ ਉਹ ਕਲਾਬਾਜ਼ੀਆਂ ਲਾਣ ਲਈ? ਸਰ ਸਿੰਪਲ ਜੀ, ਕੈਂਡੀ ਫ੍ਰੀਜ਼ਰ ਦੇ ਜਨਾਬ ਮਹਿਮਾਨ ਹੈਗੇ ਸਰ ਅਬਦੁੱਲਾ ਜਾਨ ਸਾਹਿਬ ਵਾਸਤੇ ਬਹੁਤ ਸਾਰੀਆਂ ਤਾਲੀਆਂ ਜੀ। ਸਾਡੀਆਂ ਮਹਿਮਾਨ ਨੇ ਜੀ ਟੈਲੀਵਿਜ਼ਨ ਤੇ ਤੁਸੀਂ ਦੇਖਿਆ ਹੋਣਾ, ਕੋਇਟਾ ਟੀਵੀ ਤੋਂ ਵੀ ਸੀ ਉਹਨਾਂ ਨੇ ਦੇਖਿਆ, ਇਸਲਾਮਾਬਾਦ ਟੀਵੀ ਤੋਂ ਵੀ, ਔਰ ਬਹੁਤ ਆਲਾ ਕੰਮ ਕਰਦੀਆਂ ਨੇ। ਤਸ਼ਰੀਫ ਲੈ ਰਹੀਆਂ ਨੇ ਸਹਿਰਿਸ਼ ਖਾਨ। ਇਹਨਾਂ ਦੇ ਨਾਲ ਸਾਡੀਆਂ ਮਹਿਮਾਨ ਨੇ ਗਾਣਾ ਵੀ ਗਾ ਲੈਂਦੀਆਂ ਨੇ, ਟੈਲੀਵਿਜ਼ਨ ਦੀ ਨਵੀਂ ਦਰਿਆਫਤ ਨੇ। ਤਸ਼ਰੀਫ ਲੈ ਰਹੀਆਂ ਨੇ ਮਹਿਰ-ਉਨ-ਨਿਸਾ। ਸਾਡੀ ਟੀਵੀ ਦੀ ਫਨਕਾਰਾ ਤਸ਼ਰੀਫ ਲਿਆ ਰਹੀਆਂ ਨੇ ਆਸੀਆ ਦੁਰਾਨੀ। ਡਰਾਮਾ ਜ਼ਮੀਨ ਹੈ, ਤੁਸੀਂ ਦੇਖਿਆ ਹੋਏਗਾ, ਬੜੀਆਂ ਜ਼ਬਰਦਸਤ ਫਨਕਾਰਾਂ ਨੇ। ਸੋਨੀਆ ਅੱਬਾਸ, ਅਸੀਂ ਤੁਹਾਨੂੰ ਬੁਲਾਇਆ, ਕੋਈ ਇੰਟਰਵਿਊ ਨਹੀਂ, ਕੋਈ ਗਾਣਾ ਨਹੀਂ, ਪ੍ਰੋਗਰਾਮ ਦੇਖਦੇ ਹੋ ਤੁਸੀਂ, ਕੁਇਜ਼ ਜਿਹੜੇ ਚੱਲਦੇ ਨੇ, ਕੁਝ ਸਵਾਲ ਤੁਹਾਡੇ ਨਾਲ ਕਰਨੇ ਨੇ, ਸਾਇਮਾ ਤੁਹਾਡੇ ਨਾਲ ਸਵਾਲ ਕਰਨਗੀ, ਉਹਨਾਂ ਤੁਸੀਂ ਜਵਾਬ ਦਿਓਗੇ, ਤੁਸੀਂ ਜਿੱਤ ਜਾਓ ਤਾਂ ਵੀ ਇਨਾਮ, ਤੁਸੀਂ ਹਾਰ ਜਾਓ ਤਾਂ ਵੀ ਇਨਾਮ। ਲੋ ਐਮ ਕਮ। ਤੁਹਾਡੇ ਕੋਲ ਮੇਰਾ ਪਹਿਲਾ ਸਵਾਲ ਇਹ ਹੈ, ਦੱਸੋ ਕਿ ਸਾਲਨ ਵਿੱਚ ਹਲਦੀ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ? ਹਲਦੀ ਇਸ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ, ਇੱਕ ਤੇ ਹਾਂਡੀ ਦੇ ਵਿੱਚ ਪੀਲਾ ਰੰਗ ਲਿਆਉਣ ਲਈ, ਦੂਸਰਾ ਹਲਦੀ ਦੇ ਬਹੁਤ ਫਾਇਦੇ ਨੇ, ਅੰਦਰੂਨੀ ਚੋਟਾਂ ਵਾਸਤੇ ਬੜੀ ਅੱਛੀ ਹੁੰਦੀ ਹੈ, ਅਗਰ ਹਲਦੀ ਦੁੱਧ ਚ ਪਾ ਕੇ ਤੁਸੀਂ ਜਿਸ ਬੰਦੇ ਨੂੰ ਚੋਟ ਲੱਗੇ ਦੇ ਦਿੱਤੀ ਜਾਵੇ। ਹਾਂਡੀ ਪਾਇਆ ਹਲਦੀ ਜਿਹੜੀ ਹੈ ਨਾ, ਇੱਕ ਰੰਗਾਂ ਦਾ ਰੂਪ ਆਂਦਾ ਉਹਦੇ ਤੋਂ, ਦੂਸਰੇ ਇਹ ਖੂਨ ਨੂੰ ਸਫਾ ਕਰਦੀ। ਜੀ ਹਾਂ, ਜਵਾਬ ਦਰੁਸਤ ਹੈ ਜੀ।
ਤੁਸੀਂ ਇਹ ਦੱਸੋ ਕਿ ਗਰਮ ਮਸਾਲੇ ਵਿੱਚ ਅਮੂਮਨ ਕਿਹੜੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ? ਗਰਮ ਮਸਾਲੇ 'ਚ ਲੌਂਗ ਹੁੰਦਾ, ਕਾਲੀ ਮਿਰਚ ਹੁੰਦੀ ਹੈ, ਚਿੱਟਾ ਜ਼ੀਰਾ ਹੁੰਦਾ, ਕਾਲਾ ਜ਼ੀਰਾ ਹੁੰਦਾ, ਕਾਲਾ ਜ਼ੀਰਾ ਹੁੰਦਾ। ਭਿੰਡੀ ਵਿੱਚ ਇੱਕ ਖਾਸ ਕਿਸਮ ਦਾ ਵਿਟਾਮਿਨ ਪਾਇਆ ਜਾਂਦਾ ਹੈ ਜੀ, ਜੋ ਕਿਸੇ ਹੋਰ ਸਬਜ਼ੀ ਵਿੱਚ ਨਹੀਂ ਪਾਇਆ ਜਾਂਦਾ। ਉਹ ਕਿਹੜਾ ਵਿਟਾਮਿਨ? ਆਇਓਡੀਨ। ਜਵਾਬ ਦਿਓ। ਕਿਚਨ ਵਿੱਚ ਕੰਮ ਕਰਦੇ ਹੋਇਆ ਤੁਹਾਡਾ ਹੱਥ ਛੁਰੀ ਚਾਕੂ ਤੋਂ ਜ਼ਖਮੀ ਹੋ ਜਾਏ ਤੇ ਤੁਸੀਂ ਕੀ ਕਰੋਗੇ? ਜ਼ਖਮੀ ਹੋ ਜਾਏਗਾ ਜ਼ਾਹਿਰ ਹੈ, ਉਹਨੂੰ ਫੌਰੀ ਤੌਰ ਤੇ ਕਿਸੇ ਪੱਟੀ ਨਾਲ ਬੰਨ ਕੇ ਤੇ ਉਸ ਤੋਂ ਬਾਅਦ ਕਰੀਬੀ ਜੋ ਵੀ ਕੋਈ ਫਸਟ ਏਡ ਬਾਕਸ ਵਗੈਰਾ ਜ਼ਾਹਿਰ ਕਿਚਨ ਚ ਪਿਆ ਹੁੰਦਾ, ਕੋਈ ਆਇੰਟਮੈਂਟ ਜਾਂ ਕੋਈ ਐਸੀ ਪਾਣੀ ਛਣੀ ਦੇ ਇਸਤੇਮਾਲ ਕੋਈ ਤੇ ਜੀ ਬਿਲਕੁਲ ਪਾਣੀ ਨਾਲ ਸਾਫ ਕਰਕੇ ਪੱਟੀ ਬੰਨਾ। ਪਾਣੀ ਨਾਲ ਪਾਣੀ ਨੂੰ ਜੀ ਗਾ ਰੱਖੋ ਕਿ ਖੂਨ ਬੰਦ ਹੋ ਜਾਏਗਾ। ਜਵਾਬ ਦਿੱਤੇ ਕਿ ਨਹੀਂ? ਜਿਵੇਂ ਜਿਵੇਂ ਆ ਠੀਕ ਹੈ। ਕਿਸ ਕਿਸਮ ਦੀ ਹਾਂਡੀ ਵਿੱਚ ਸਾਲਨ ਪਕਾਣਾ ਮੁਜ਼ਰੇ ਸਿਹਤ ਹੈ, ਮਿੱਟੀ ਦੀ, ਤਾਂਬੇ ਦੀ ਜਾਂ ਸਿਲਵਰ? ਸਿਲਵਰ। ਜੇ ਵਿੱਚ ਕੰਮ ਕਰਦੇ ਹੋਏ ਤੁਹਾਨੂੰ ਅਗਰ ਹਿਚਕੀ ਲੱਗ ਜਾਏ ਤਾਂ ਤੁਸੀਂ ਕੀ ਕਰੋਗੇ? ਜ਼ਾਹਿਰ ਪਾਣੀ ਪੀਵਾਂਗੇ। ਕਾਲੀ ਮਿਰਚ ਨੂੰ ਫਾਰਸੀ ਚ ਕੀ ਕਹਿੰਦੇ ਨੇ? ਫਿਲਫਿਲਸਿਆ। ਫਿਲਫਿਲਸਿਆ। ਕਿਚਨ ਦੇ ਵਿੱਚ ਸਵਾਲ ਕਰ ਰਹੇ ਨੇ ਕਿ ਹਾਂਡੀ ਵੀ ਹੈ, ਗੋਸ਼ਤ ਵੀ ਹੈ ਔਰ ਬਰਤਨ ਸਾਰੇ ਹੈਗੇ ਨੇ, ਚਮਚਾ ਵੀ ਹੈ, ਡੋਈ ਵੀ ਹੈ ਔਰ ਸਬਜ਼ੀ ਵੀ ਹੈ, ਨਮਕ ਵੀ ਹੈ, ਮਿਰਚ ਵੀ ਹੈ, ਮਗਰ ਕਿਹੜੀ ਚੀਜ਼ ਘੱਟ ਹੈ ਜਿਹਦੇ ਨਾਲ ਹਾਂਡੀ ਨਹੀਂ ਪੱਕ ਸਕਦੀ? ਆਗ। ਜਵਾਬ ਦੁਰਸਤ ਆਪਦਾ ਜੀ। ਮਹਿਰ-ਉਨ-ਨਿਸਾ ਦੀ ਖਿਦਮਤ ਦੇ ਵੀ ਜਨਾਬ ਪੇਸ਼ ਕਰ ਰਹੇ ਹਾਂ ਅਸੀਂ ਬੜੀ ਆਲਾ ਰੇਸ਼ਮ ਲੌਂਗ। ਤੁਹਾਡੀ ਖਿਦਮਤ ਦੇ ਜਨਾਬ ਤੋਹਫਾ ਪੇਸ਼ ਕੀਤਾ ਜਾ ਰਿਹਾ ਜੁਬਲੀ ਲੌਂਗ ਦਾ। ਆਪਦੀ ਖਿਦਮਤ ਵਿੱਚ ਰੇਸ਼ਮ ਲਾਉਣ ਦਾ ਤੋਹਫਾ। ਇਹ ਜੀ ਸਾਡੇ ਦੋਸਤ ਨੇ ਯੂਟਿਲਿਟੀ ਖੀਰ ਮਿਕਸ ਵਾਲੇ, ਉਹਨਾਂ ਨੇ ਕਿਹਾ ਜੀ ਕਿ ਖੀਰਾਂ ਪਕਾਓ ਤੇ ਮੌਜਾਂ ਉਡਾਓ, ਸਾਡੇ ਸਾਰੇ ਮਹਿਮਾਨਾਂ ਵਾਸਤੇ ਯੂਟਿਲਿਟੀ ਖੀਰ ਮਿਕਸ ਦਾ ਤੋਹਫਾ ਹੈ ਜੀ, ਸਾਰਿਆਂ ਦੇ ਨਾਲ ਫ੍ਰੀ ਜਾਏਗਾ। ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜੀ, ਕਿਸੇ ਲਈ ਬੰਦਾ ਬੈਠਾ ਹੋਵੇ ਤੇ ਪੁਲਿਸ ਦੇ ਛਾਪੇ ਦਾ ਬੜਾ ਇਮਕਾਨ ਹੁੰਦਾ। ਹੋ ਸਕਦਾ ਪੁਲਿਸ ਵਾਲਿਆਂ ਨੇ ਵਰਦੀ ਨਾ ਪਾਈ ਹੋਵੇ, ਚਿੱਟ ਕੱਪੜੀਆਂ ਹੀ ਹੋਵੇ। ਇੰਸਪੈਕਟਰ ਜਮਰ ਹੁਸੈਨ, ਜਮੀਲ ਫਖਰੀ। ਫਖਰੀ ਸਾਹਿਬ ਕੀ ਹਾਲ ਚਾਲ? ਤਕਰੀਬਨ ਠੀਕ ਹੀ ਹੈ। ਪੀਟੀਵੀ 2 ਤੇ ਤੁਹਾਨੂੰ ਦੇਖ ਰਹੇ ਨੇ, ਤੁਹਾਡਾ ਪੁਰਾਣਾ ਡਰਾਮਾ ਅੰਧੇਰਾ ਉਜਾਲਾ ਔਰ ਅੱਜ ਕੱਲ ਪੀਟੀਵੀ 1 ਦੇ ਉੱਤੇ ਅਸੀਂ ਤੁਹਾਨੂੰ ਹਵੇਲੀ ਡਰਾਮੇ ਦੇਖ ਰਹੇ ਹਾਂ। ਇਹ ਕਿਹੜਾ ਕਿਰਦਾਰ ਹੈ, ਤੁਹਾਨੂੰ ਪਸੰਦ ਆਇਆ ਬੜਾ? ਇਹ ਕਿਰਦਾਰ ਪਸੰਦ ਸੀ ਤੇ ਇਸੇ ਕਰਕੇ ਤੇ ਇੰਨੀ ਖਜਾਲਤ ਮੁੱਲ ਲਈ ਕਿ ਮੈਨੂੰ ਕਮ ਅਜ ਕਮ 4.5 ਘੰਟੇ ਮੇਕਅਪ ਕਰਨ ਵਾਸਤੇ ਤੇ ਉਤਾਰਨ ਵਾਸਤੇ ਲੱਗਦੇ ਨੇ। ਉਸ ਤੋਂ ਬਾਅਦ ਕੰਮ ਜਿਹੜਾ ਹੁੰਦਾ ਉਹ 3-4 ਮਿੰਟ ਦਾ ਹੁੰਦਾ। ਉਹ ਦਾੜੀ ਜਿਹੜੀ ਉਹ ਕੱਲਾ ਕੱਲਾ ਵਾਲ ਹੈ ਜੀ? ਹਾਂ, ਕੱਲੇ ਕੱਲੇ ਵਾਲ ਨੂੰ ਜੋੜ ਕੇ ਤੇ ਫੇਰ ਲਾਉਂਦੇ ਨਹੀਂ ਤੇ ਜਿਹੜਾ ਉਹ ਲੱਗਦਾ ਨਾ ਮਾਸਕ, ਮਾਸਕ ਉਹਦੇ ਨਾਲ ਉਹ ਝੁਰੀਆਂ ਪਾਉਂਦੇ ਨੇ, ਉਹਨੂੰ ਉਤਾਰਨ ਲੱਗਿਆ ਬੜੀ ਤਕਲੀਫ ਹੁੰਦੀ ਤੇ ਚੜਾਉਣ ਲੱਗਿਆ ਬੜੀ ਤਕਲੀਫ ਹੁੰਦੀ। ਇਤਫਾਕ ਦੇ ਨਾਲ ਰਹਿਣ ਦੀ ਤਲਕੀਨ ਕਰਦਾ ਰਹਿੰਦਾ ਔਰ ਚਾਹੁੰਦਾ ਹੈ ਕਿ ਸਾਡਾ ਮੁਲਕ, ਸਾਡਾ ਵਤਨ ਜਿਹੜਾ ਨਾ ਉਹ ਸਾਰੇ ਇੱਕ ਹੋ ਕੇ ਰਹਿਣ। ਲੇਕਿਨ ਫਖਰੀ ਸਾਹਿਬ ਕੀ ਵਜ੍ਹਾ ਹੈਗੀ ਹੈ ਕਿ ਜਿੰਨੇ ਆ ਸਾਰੀ ਜਿੱਦੋ ਜਹਦ ਕੀਤੀ, ਮਿਹਨਤ ਕੀਤੀ, ਉਹਦਾ ਕਿਰਦਾਰ ਹੈ, ਅੱਗੋਂ ਦੇ ਬੱਚੇ ਸਾਰੇ ਜਿਹੜੇ ਨੇ ਉਹ ਵਨਸਮਨ ਨਹੀਂ ਨੇ? ਉਹ ਐਸੇ ਤਰ੍ਹਾਂ ਹੈ ਨਾ, ਹੁਣ ਤੁਸੀਂ ਆਪਣੀ ਮਿਸਾਲ ਲੈ ਲਓ, ਤੁਸੀਂ ਕਿਹੜਾ ਪਿਛਲਾ ਜਿਹੜਾ ਰੋਲ ਹੈ ਕਿਸੇ ਯਾਦ ਆਉਂਦਾ? ਨਹੀਂ, ਪਿਛਲਾ ਮੈਂ ਜਦੋਂ ਵੀ ਕੋਈ ਰੋਲ ਕਰਨਾ ਤੇ ਮੈਂ ਉਹਨੂੰ ਕਰਕੇ ਤੇ ਭੁੱਲ ਜਾਂਦਾ ਵਾ, ਇਸ ਕਰਕੇ ਕਿ ਅਗਰ ਉਹੀ ਰੋਲ ਰੇਨ ਦੇ ਵਿੱਚ ਰੱਖੇ ਬੰਦਾ ਤੇ ਜ਼ਾਹਰ ਹੈ ਉਹਦੀ ਛਾਪ ਨਹੀਂ ਨਿਕਲਦੀ, ਬੰਦਾ ਉਸੇ ਸਟਾਈਲ 'ਚ ਫਸਿਆ ਰਹਿੰਦਾ। ਮੈਂ ਉਹ ਜਾਹਰ ਸੈਨ ਕਰਨ ਤੋਂ ਬਾਅਦ ਮੈਂ ਕੋਈ ਬਰਹਾਲ ਕੋਈ 300 ਡਰਾਮਾ ਉਸ ਤੋਂ ਬਾਅਦ ਕੀਤਾ, 400। ਅੱਛਾ, ਇਹ ਦਿਨ ਡਰਾਮੇ ਜਿਹੜੇ ਉਹ ਬਦਨੀਅਤ ਜੇ ਤੁਸੀਂ? ਨਹੀਂ, ਉਹ ਰਾਈਟਰ ਅਮਜਦ ਇਸਲਾਮ, ਅਮਜਦ ਦੇ ਪੁਰਾਣਾ ਦੋਸਤ, ਉਹ ਜੀ ਉਹਨੇ ਤੇ ਲਿਖ ਦਿੱਤਾ ਨਾ, ਲੇਕਿਨ ਤੁਸੀਂ ਇਨਸਾਫ ਬੜਾ ਕੀਤਾ ਉਹਦੇ ਨਾਲ ਔਰ ਉਹਦੇ ਤੁਹਾਨੂੰ ਕੋਈ ਜ਼ਿਆਦਾ ਅਦਾਕਾਰੀ ਵੀ ਨਹੀਂ ਕਰਨੀ ਪਈ। ਉਹ ਕਹਿਣ ਲੱਗੇ ਜੀ ਕੋਈ ਕੰਮ ਐਸਾ ਜਿਹੜਾ ਕਰਕੇ ਮਜ਼ਾ ਆਉਂਦਾ ਹੋਵੇ, ਪੋਜ਼ਿਟਿਵ ਜਾਂ ਨੈਗੇਟਿਵ, ਇੱਕ ਹੁੰਦੇ ਨੇ ਰੋਲ ਜਿਹੜੇ ਜਿਹੜੇ ਅੱਛੇ ਕਿਰਦਾਰ ਨਹੀਂ ਹੁੰਦੇ ਮੁਆਸ਼ਰੇ ਦੇ, ਕੁਛ ਰੋਲ ਹੁੰਦੇ ਨੇ ਜਿਹੜੇ ਮੁਆਸ਼ਰੇ ਦੇ ਅੱਛੇ ਕਿਰਦਾਰ ਹੁੰਦੇ ਨੇ ਜਿਹੜੇ ਡਾਇਰੈਕਟ ਸਬਕ ਦਿੰਦੇ ਨੇ, ਬੁਰੇ ਕਿਰਦਾਰ ਇਨਡਾਇਰੈਕਟ ਸਬਕ ਦਿੰਦੇ ਨੇ ਜਿਹੜਾ ਸਬਕ ਲੈਣਾ ਚਾਹੇ।
ਕਿਹੜਾ ਰੋਲ ਕਰਕੇ ਜ਼ਿਆਦਾ ਲੁਤਫਾ? ਮੇਰਾ ਖਿਆਲ ਮੈਂ ਤਾਂ ਕੋਈ ਵੀ ਰੋਲ ਐਸਾ ਨਹੀਂ ਰਿਹਾ ਮੱਲਾ ਦੇ ਫਜ਼ਲ ਨਾਲ ਜਿਹੜਾ ਨਹੀਂ ਕੀਤਾ ਹੋਵੇ ਅੱਜ ਤੱਕ। ਅਗਰ ਇੱਕ ਲਾਈਨ ਦਾ ਰੋਲ ਕੀਤਾ ਜਾਂ ਫੁੱਲ ਕੀਤਾ ਲੀਡਿੰਗ ਰੋਲ, ਤੇ ਮੇਰਾ ਖਿਆਲ ਹੈ ਲੋਕੀ ਦੋਸਤ ਬੈਠੇ ਨੇ ਅਹਿਬਾਬ, ਮੈਂ ਮੇਰਾ ਖਿਆਲ ਮਾਯੂਸ ਨਹੀਂ ਕਦੀ ਕੀਤਾ ਹੋਣਾ। ਮੇਰਾ ਖਿਆਲ ਦੇਖਣ ਵਾਲੇ ਨੂੰ ਤੁਹਾਡੇ ਕਿਰਦਾਰ ਜ਼ਿਆਦਾ ਯਾਦ ਨਹੀਂ। ਹਾਂਜੀ, ਮੈਂ ਵਾਕਈ ਮੈਨੂੰ ਕੱਤਨ ਕੋਈ ਯਾਦ ਨਹੀਂ ਰਹਿੰਦਾ। ਮੈਂ ਇਸ ਵੇਲੇ ਤੱਕ ਬਾਤ ਐਵੇਂ ਜ਼ਬਾਨੀ ਕਲਾਮੀ ਗੱਲ ਨਹੀਂ, ਟੀ ਵੀ ਜਿਹੜਾ ਸਾਡਾ ਉਹਦੇ ਕੋਲ ਰਿਕਾਰਡ ਹੋਏਗਾ। ਮੇਰਾ ਖਿਆਲ ਹੈ ਮੇਰਾ ਕਮ ਅਜ਼ ਕਮ 650 ਔਰ 700 ਦੇ ਦਰਮਿਆਨ ਡਰਾਮਾ ਹੋ ਚੁੱਕਿਆ ਉਹਨਾਂ ਟੀ ਵੀ ਦਾ ਜਿਹੜਾ ਮੈਂ ਅੱਜ ਤੱਕ ਕਰ ਚੁੱਕਿਆ। ਜਮੀਲ ਫਖਰੀ ਸਾਹਿਬ ਵਾਸਤੇ ਤਾਲੀਆਂ ਤੋਂ ਇਲਾਵਾ ਯਾਦਗਾਰ। ਅਗਰ ਆਪਕੋ ਹਮਾਰੀ ਇਹ ਵੀਡੀਓ ਪਸੰਦ ਆਈ ਹੈ ਤੋ ਲਾਈਕ ਕੀਜੀਏ ਔਰ ਚੈਨਲ ਕੋ ਸਬਸਕ੍ਰਾਈਬ ਕਰੇਂ ਤਾਕਿ ਮਜ਼ੀਦ ਵੀਡੀਓਜ਼ ਕੇ ਸਾਥ ਆਪਕੀ ਖਿਦਮਤ ਮੇਂ ਹਾਜ਼ਰ ਹੋ ਸਕੇਂ।